ਦੁੱਖਾਂ ਦੀ ਕਹਾਣੀ ਸੁਣੋ, ਕੀ ਆਖਿਆ? ਦੁੱਖਾਂ ਦੀ ਕਹਾਣੀ ਸੁਣੋ, ਦੁੱਖਾਂ ਦੀ ਕਹਾਣੀ ਸੁਣੋ, ਦੋਹਨ ਭੈਣ ਤੇ ਫਿਰਾ ਛੋੜ ਕੇ ਮਦੀਨਾ ਕਰਬਲਾ ਚੱਲ ਵਸਦਾ ਨੇ, ਏਡੀ ਸੋਹਣੀ ਹੈ ਕੀਤੀ ਨਸਲਾਂ ਦੀ ਖੈਰ ਹੋਵੇ। ਨਸਲਾਂ ਦੀ ਖੈਰ ਹਮੇਸ਼ਾ ਫਿਤਰਤ ਪੜਦਾ, ਫਿਤਰਤ ਦੀ ਸਤਰ ਦੋਵੇਂ ਕੇ ਘਰ ਵਿੱਚ ਨਹੀਂ ਆਉਂਦੀ ਉਹ ਮੈਲੇ ਕੱਪੜੇ ਸਦਕੇ ਜਾਵਾ ਕਦੀ ਪੇਕੇ ਘਰ ਵਿੱਚ ਨਹੀਂ ਆਉਂਦੀ ਉਹ ਮੈਲੇ ਕੱਪੜੇ ਜਾਵਾ ਹਰ ਕੋਈ ਆਦਾ ਹੁਸੈਨ ਗਰੀਬ ਪੜ੍ਹਨ ਵਾਲੇ ਪੜ੍ਹਦੇ ਨੇ ਹੁਸੈਨ ਗਰੀਬ ਤੁਸੀਂ ਆਜ਼ਾਦਾਰ ਵੀ ਆਦਿਆ ਹੁਸੈਨ ਗਰੀਬ ਮੈਂ ਸ਼ੱਕ ਹੁਸੈਨ ਗਰੀਬ ਹੈ ਪਰ ਹੁਸੈਨ ਨਾਲ ਵੱਡਾ ਗਰੀਬ ਸਜਾ ਦੇ ਹੁਸੈਨ ਗਰੀਬ ਜਰਾ ਮਰੀ ਦੇ ਵੇਖੇ ਸਜਾਦੋ ਗਰੀਬ ਜੈ ਭੈਣ ਮਰੀ ਦੀ ਵੇਖੇ ਹੁਣ ਹੈ ਕੀਤੀ ਹੁਣ ਹੈ ਕੀਤੀ ਇਨ ਹੱਕ ਮੁਹੰਮਦ ਦੀਆਂ ਧੀਆਂ ਰੋਣਾ ਹੁਸੈਨ ਗਰੀਬ ਜਰਾ ਕੁਹੀ ਦੇ ਦਿੱਠੇ ਸਜਾਦੋ ਗਰੀਬ ਜੈ ਮਾਂ ਢੇਰ ਸਾਰਿਆਂ ਬੰਦਿਆਂ ਹਾਇ ਨਹੀਂ ਕੀਤੀ ਮੈਂ ਤੁਹਾਡੇ ਤੇ ਸਵਾਲ ਕਰਨ 24 ਸਾਲ ਦਾ ਜਵਾਨ ਹੋਵੇ ਮੈਨੂੰ ਮਿੰਬਰ ਦੀ ਅਲਮਤ ਦੀ ਕਸਮ ਇੰਤਜ਼ਾਰ ਹੋ 24 ਸਾਲ ਦਾ ਜਵਾਨੀ ਭਰਿਆ ਅੰਦਾਜ਼ਾ ਕਰਨ ਵੀ ਉਹ ਫਿਰਾ ਮਰੀਂਦਾ ਨਹੀਂ ਵੇਦਾ ਸਜਾਦ ਭੈਣ ਮਰੀਂਦੀ ਵੇ ਹਰ ਮੋੜ ਦਿਆ ਨਹੀਂ ਮਾਰ ਨਹੀਂ ਆਈ ਮੇਰੇ ਸਾਹਮਣੇ ਨਮਾਰ ਮੇਰੀ ਧੀਆ ਦੀ ਜੈ ਅੱਲਾਹ ਅਕਬਰ ਅੱਲਾਹ ਅਕਬਰ ਅੱਲਾਹ ਅਕਬਰ ਇਨ ਹੱਕ ਮੈਂ ਸਦਕੇ ਜਾਵਾਂ ਕਿਉਂ ਆਖੇ ਹੁਸੈਨ ਨਾਲ ਵੱਡਾ ਗਰੀਬ ਸਜਾਦ ਹੁਸੈਨ ਪੁੱਤਰਾਂ ਦੇ ਜਨਾਜ਼ੇ ਚਾਹੇ ਸਜਾਦ ਗਰੀਬ ਜੈ ਭੈਣ ਦਾ ਜਨਾਜ਼ਾ ਚਾਹਿਆ ਤੂੰ ਹਾਇ ਨਾ ਕੀਤੀ ਜਡਾ ਹੁਸੈਨ ਲਾਸ਼ਾਂ ਚਾਹੀਆ ਹੁਸੈਨ ਦੇ ਹੱਥਾਂ ਦਾ ਦਾਨ ਜਡਾ ਸਜਾਦ ਮਈਅਤ ਚਾਹਿਆ ਅੱਲਾਹ ਅਕਬਰ ਅੱਲਾਹ ਅਕਬਰ ਮੌਤ ਮੰਗੀਏ ਸਜਾਦ ਇੱਕ ਮਾਮਨ ਪੁੱਛਿਆ ਮੌਲਾ 24 ਸਾਲ ਚ ਦਾੜੀ ਸਫੈਦ ਸੈਯਦਾ ਦਾ ਭੈਣ ਦੇ ਸਵਾਲ ਕਰ ਗਏ ਆਦਾ ਮੌਲਾ ਕੋਈ ਔਖਾ ਸਵਾਲ ਸੈਯਦਾ ਦਾ ਹਰ ਸਵਾਲ ਔਖਾ ਕਰੇਂਦੀ ਆਈ ਪਰ ਮਰ ਵੰਜਾ ਭੈਣ ਦੀ ਸ਼ਾਮ ਚ ਗੱਲ ਨਾ ਸੁਣਾ ਜਡਾ ਦਾਮਨ ਨਫਕਿਆ ਦੀ ਆਈ ਸਜਾਦ ਹੁਣ ਮੈਂ ਥੱਕ ਪਈਆ ਅਕਬਰ ਦੇ ਕਾਤਲ ਨੂੰ ਆਖ ਮੇਰੇ ਮੂੰਹ ਤੇ ਨਾ ਮਾਰੇ ਬੀਬੀਆਂ ਦੀ ਉੱਥੇ ਮਰੇਂਦਾ ਜਿੱਥੇ ਬਾਬਾ ਬੋਸੇ ਦੇਂਦਾ ਬੀਬੀਆਂ ਦੀ ਉੱਥੇ ਮਰੇਂਦਾ ਜਿੱਥੇ ਬਾਬਾ ਅੱਲਾਹ ਅਕਬਰ ਅੱਲਾਹ ਅਕਬਰ ਅੱਲਾਹ ਨਾਲ ਭੈਣ ਦਫਨਾਈ ਸ਼ਾਮ ਦੀ ਦੂਜੀ ਗਲੀ ਆਈ ਭੈਣ ਦਾ ਜਨਾਜ਼ਾ ਚਾਹ
کے ٹریا ہے ایک ضعیفہ رو کیا دی قیدی کہ چائی ودائیں سیدہ دا بہن دا جنازہ آدھی ناراض نوے بہن دا منہ بھی کھا سیدہ دا پاک رومال ہٹا پاک رومال ہٹایا ہے ضعیفہ دی قیدی بہن بیمار آیا علاج کیوں نہ کرا سیدہ دا بیمار کوئی نہیں آدھی بیمار نہیں وادر غسارا تے داگ سیدہ دا بیمار کوئی نہیں پیو دے قاتل مرین دے رہے سیدہ دا ادا چھڑا وانا لکا